गई ये थोड़े दिना तू किधर बिगड़ी है। सब्सक्राइब करो पंजाबी रियल टीवी, बेल भी नप दो नप दो। आई एम मिसिंग एंड शी इज दिलप्रीत कौर। हेलो सो गाइस, टुडेस वीडियो बड़ी कैंट। आज सिरा पटाका शुरली बम फुलझड़ी सारा कुछ। यस यस तुसी मैं यस नहीं है पॉइंट। चलो मैं भी नहीं देखी वैसे। अपन किसी एक वीर ने स्नैपचैट ते रिक्वेस्ट की थी, सो आप तुम्हें पहले ही क्या स्नैपचैट ते रिक्वेस्ट करोगे तो पूरी होएगी। फॉलो करो स्नैपचैट ते रिक्वेस्ट करो पूरी होएगी। यही वैसे मेरा शैतानी आसा नहीं आ गया जी। चलो वेरी बैड। चलो सो अज की वीडियो हैगी है जी लाहौर। आई थिंक लाहौर ही दस्या सी वीर ने कि लाहौर का एक शख्स है जेडे उन्होंने गाना गाया, लोकल सिंगर आ उत्थों दे। सो बिना टाइम वेस्ट किए आप वीडियो प्ले करते हैं, पर उस अपनी वीडियो में थम्सअप दे दो ठीक है। अज अपनी इस वीडियो में 1500 लाइक्स चाहिए ने, 1500 का टारगेट है। सो हे वी गो। यह चलो आवाज सुनी मुंडे की अंकल वीर दी जो भी है। ओ पतीला मुद्दा मारे आ गए है ना। हाँ जी Okay.
वाह जी वाह भाजी, पूरा माहौल बनता इन्हां ने यार, जिदा एक महफिल सजदी हुंदी है ना ਵੀ ਜਦੋਂ ਘਰੇ ਚਾਰ ਪੰਜ ਦੋਸਤ ਇਕੱਠੇ ਹੋ ਜਾਂਦੇ ਤੇ ਉਦੋਂ ਮਿਲ ਕੇ ਜਦੋਂ ਗਾਉਂਦੇ ਆ ਬਹਿ ਕੇ ਨਜ਼ਾਰਾ ਆਉਂਦਾ ਯਾਰ ਸਿਰਾ, ਪੂਰਾ ਉਹੀ ਮਾਹੌਲ ਸੀ ਨਾ। ਹਾਂਜੀ ਆਫ ਕੋਰਸ। ਵੈਸੇ ਤੁਹਾਨੂੰ ਪਤਾ ਇਹ ਜਿਹੜਾ ਗਾਣਾ ਇਹ ਪਹਿਲਾਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਗਾਇਆ, ਠੀਕ ਆ, ਉਸ ਤੋਂ ਬਾਅਦ ਮਾਸਟਰ ਸਲੀਮ ਨੇ ਗਾਇਆ ਅਤੇ ਹੁਣ ਜਿਹੜਾ ਮੇਰੇ ਖਿਆਲ ਇਸ ਵੀਡੀਓ 'ਤੇ ਵੀ ਕਾਫੀ ਵਿਊਜ਼ ਆ ਅਤੇ ਜਿਹੜਾ ਫੇਮਸ ਹੋਇਆ ਉਹ ਮੇਰੇ ਖਿਆਲ ਇਹਨਾਂ ਦੀ ਆਵਾਜ਼ ਵਿੱਚ ਸੁਣਿਆ ਆਪਾਂ। ਹਾਂਜੀ। ਹੈ ਨਾ, ਗਾਣਾ ਤੁਸੀਂ ਵੈਸੇ ਪਹਿਲਾਂ ਸੁਣਿਆ ਇਹ ਵਾਲਾ? ਨਹੀਂ, ਫਸਟ ਟਾਈਮ ਸੁਣਿਆ। ਮੈਂ ਵੈਸੇ ਪਹਿਲਾਂ ਸੁਣਿਆ ਸੀ, ਬਟ ਵਿੱਚ ਜਿਹੜੀਆਂ ਇਹਨਾਂ ਨੇ ਤੁਕਾਂ ਐਡ ਕੀਤੀਆਂ ਨਾ, ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ ਹੈ ਨਾ, ਇੱਦਾਂ ਕੁਛ ਸਮਥਿੰਗ ਲਾਈਕ ਦੈਟ, ਅਤੇ ਉਹ ਯਾਰ ਬਹੁਤ ਵਧੀਆ ਵਰਡਿੰਗ ਸੀ ਇੰਨੀ। ਕਹਿ ਲਓ ਨਾ ਇੱਕ ਚੰਗਾ ਗਾਣਾ ਇਹੀ ਹੁੰਦਾ ਵਧੀਆ, ਅੱਜ ਕੱਲ੍ਹ ਇੱਦਾਂ ਦੇ ਗਾਣੇ ਦੇਖਣ ਨੂੰ ਨਹੀਂ ਮਿਲਦੇ ਯਾਰ, ਇਹ ਚੰਗੇ ਗਾਣੇ ਹੁੰਦੇ ਆ। ਪਰ ਇਹਦੇ ਵਿੱਚ ਜਿੱਦਾਂ ਇਹਨਾਂ ਨੇ ਦੱਸਿਆ ਨਹੀਂ, ਬਸ ਸਹੀ ਸੀ। ਹਾਂਜੀ, ਕਿਹੜੀ? ਡਰਿੰਕ ਵਾਲੀ। ਅੱਛਾ, ਉਹ ਸ਼ਰਾਬ ਵਾਲੀ। ਹਾਂ, ਬਾਕੀ ਸਾਰੇ ਵਧੀਆ ਲੱਗੇ ਮੈਨੂੰ। ਉਹ ਯਾਰ ਉਹ ਜਿੱਦਾਂ ਇਹ ਛੱਡ ਗਏ, ਪਤਾ ਨਹੀਂ ਸ਼ੁਰੂ ਤੋਂ ਹੀ ਕਿਉਂ ਇਦਾਂ ਜਾਣ ਦੋ, ਐਵੇਂ ਹੀ ਹੋਰ ਲੈ ਲਿਓ ਐਵੇਂ, ਉਹਦੇ ਪਿੱਛੇ ਆਲੀ ਸਿਹਤ ਖਰਾਬ ਕਰੀ ਇਹਨੇ ਪੀ ਪੀ ਕੇ। ਚੱਕੋ ਦੇਖੋ, ਇਹ ਹੁੰਦੀ ਹੈ ਸੋਚ, ਇਹਨੂੰ ਕਹਿੰਦੇ ਆ ਪੋਜ਼ਿਟਿਵ ਥਿੰਕਿੰਗ। ਸਹੀ ਹੈ ਯਾਰ, ਵੈਸੇ ਕਿਸੇ ਦੇ ਪਿੱਛੇ ਆਪਦੀ ਸਿਹਤ ਨਾਲ ਕਿਉਂ ਖਿਲਵਾੜ ਕਰਦੇ ਹੋ? ਕਿਸੇ ਦੀ ਯਾਦਾਂ ਪਿੱਛੇ ਹੈ ਤੁਸੀਂ ਸ਼ਰਾਬਾਂ ਪੀਂਦੇ? ਉਹਨੇ ਤੁਹਾਡੇ ਬਾਰੇ ਸੋਚਿਆ ਨਹੀਂ ਤੁਸੀਂ ਪੀ ਪੀ ਆਉਂਦੇ, ਅਗਲੀ ਪਹੁੰਚੀ ਵੀ ਕਿਤੇ ਹੋਰ ਜਾਂ ਉਹਦੇ ਵਿਆਹ ਹੋ ਜਾਂਦੇ, ਬੱਚੇ ਵੀ ਹੋ ਜਾਂਦੇ ਆ ਤੇ ਤੁਸੀਂ ਉਸ ਬੈਠੇ ਸ਼ਰਾਬਾਂ ਪੀ ਜਾਂਦੇ। ਕਈ ਲੋਕੀ ਹੈ ਅਸਲ 'ਚ ਹੈ, ਸੀਰੀਅਸਲੀ ਹੈ। ਵੈਸੇ ਮੇਰੇ ਅਕੋਰਡਿੰਗ ਤਾਂ ਗਾਣਿਆਂ ਵਿੱਚ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਗਾਣਿਆਂ ਜਿੱਦਾਂ ਇੱਕ ਰੋਲ ਮਾਡਲ ਹੁੰਦਾ ਵੀ ਬੰਦਾ, ਜੇਕਰ ਉਹ ਰੋਲ ਮਾਡਲ ਜੇਕਰ ਕੁਛ ਕੰਮ ਕਰ ਰਿਹਾ ਨਾ ਤਾਂ ਆਡੀਅੰਸ ਉਹਨੂੰ ਫੋਲੋ ਕਰਦੀ ਆ, ਹੈ ਨਾ। ਅਤੇ ਜਿਵੇਂ ਆਪਾਂ ਗਾਣਿਆਂ ਵਿੱਚ ਇਹ ਚੀਜ਼ਾਂ ਦੇਖਦੇ ਹਾਂ, ਵੈਸੇ ਇਹ ਤਾਂ ਚਲੋ ਦੋ ਕੰਤਰਿਆਂ ਵਿੱਚ ਇਹਨਾਂ ਨੇ ਸਿਗਰਟ ਅਤੇ ਸ਼ਰਾਬ ਦੀ ਗੱਲ ਕੀਤੀ, ਪਰ ਕਈ ਗਾਣੇ ਫੁੱਲ ਔਨ ਡੈਡੀਕੇਟਡ ਹੁੰਦੇ ਆ ਨਸ਼ੇ 'ਤੇ, ਜਿੱਦਾਂ ਕਈ ਪੰਜਾਬੀ ਗਾਣੇ ਹੁੰਦੇ ਆ। ਗਾਇਜ਼, ਤੁਹਾਡੇ ਤੋਂ ਕੀ ਲੁਕੋ, ਤੁਸੀਂ ਵੀ ਗਾਣੇ ਸੁਣਦੇ ਹੋ ਸਾਡੇ ਪੰਜਾਬੀ ਇੱਧਰਲੇ, ਨਸ਼ੇ ਹਥਿਆਰ ਕੁੜੀ ਜੱਟ, ਬਸ ਆਹੀ ਕੁਛ ਆ। ਯੈਸ, ਇੱਦਾਂ ਦੇ ਗਾਣੇ ਨਹੀਂ ਬਣਨੇ ਚਾਹੀਦੇ ਮੈਨੂੰ, ਮਤਲਬ ਫਿਰ ਉਹ ਲੋਕ ਵੀ ਮਤਲਬ ਹੁੰਦੇ ਆ ਗੁੰਮਰਾਹ ਹੋ ਜਾਂਦੇ ਲੋਕ ਵੀ, ਮਤਲਬ ਵੀ ਹਾਂ ਅਸੀਂ ਵੀ ਪੀਏ ਵੀ ਇਹ ਚੀਜ਼ ਹੈ। ਪਰ ਮਿਲਦਾ ਕੀ ਹੈ ਯਾਰ, ਐਂ ਤਾਂ ਨਹੀਂ ਹੁਣ ਜੇ ਤੁਹਾਨੂੰ ਦੁੱਖ ਆ ਤਾਂ ਸ਼ਰਾਬ ਪੀ ਕੇ ਕੀ ਦੁੱਖ ਭੁੱਲ ਜਾਂਦੇ? ਅਸਲ ਵਿੱਚ ਕੀ ਹੁੰਦਾ, ਉਹ ਮਾਇੰਡ ਆ ਤੁਹਾਡਾ, ਤੁਹਾਡੀ ਬੋਡੀ ਨਸ਼ੇ ਵਿੱਚ ਚਲੀ ਜਾਂਦੀ ਹੈ। ਅਤੇ ਉਹ ਯਾਰ ਸਾਇੰਟੀਫਿਕਲੀ ਤੁਸੀਂ ਕਹਿ ਸਕਦੇ ਹੋ ਜਾਂ ਲੌਜੀਕਲੀ ਗੱਲ ਆ ਕਿ ਜਦੋਂ ਤੁਹਾਨੂੰ ਨਸ਼ਾ ਚੜ੍ਹ ਗਿਆ ਤਾਂ ਤੁਹਾਨੂੰ ਕੁਛ ਯਾਦ ਨਹੀਂ ਰਹਿਣਾ। ਸੋ ਇਹ ਚੱਲ ਨਾ ਤੁਸੀਂ ਉਹ ਵਾਲੀ ਗੋਲੀ ਖਾ ਲਿਆ ਕਰੋ, ਕਿਹੜੀ ਹੁੰਦੀ ਨੀਂਦ ਵਾਲੀ, ਨੀਂਦ ਵਾਲੀ ਗੋਲੀ ਖਾ ਕੇ ਸੋ ਜਾ ਕਰੋ। ਇਸ ਤੋਂ ਵਧੀਆ ਪਤਾ ਕੀ ਹੈ, ਕਦੇ ਵੀ ਜਿਹੜਾ ਮੰਨ ਲਓ ਜੇ ਤੁਸੀਂ ਰਿਲੇਸ਼ਨਸ਼ਿਪ ਵਿੱਚ ਹੋ ਤਾਂ ਇੱਦਾਂ ਦੀਆਂ ਚੀਜ਼ਾਂ ਕਰੋ ਹੀ ਨਾ ਯਾਰ ਕਿ ਲੜਾਈ ਹੋ ਜਾਵੇ। ਬਟ ਜੇ ਹੋ ਵੀ ਜਾਵੇ, ਹਰ ਰਿਲੇਸ਼ਨਸ਼ਿਪ 'ਚ ਹੁੰਦੀ ਹੈ, ਪਰ ਉਹਨੂੰ ਮੈਨੇਜ ਕਰਨਾ ਸਿੱਖੋ, ਉਹਨੂੰ ਵਧਾਓ ਨਾ, ਹੈ ਨਾ। ਜਿਵੇਂ ਕਹਿੰਦੇ ਟੁੱਟੇ ਸ਼ਤਰੰਗ ਵਧੀ ਨਾ ਜਾਓ, ਉਹਨੂੰ ਵਧਾਓ ਨਾ, ਮਨਾਉਣਾ ਸਿੱਖੋ। ਮੁੰਡੇ ਉਹੀ ਗੱਲ ਦੇਖਿਆ, ਮੁੰਡੇ ਨੂੰ ਕਹਿਤਾ ਹੁਣ ਅਸੀਂ ਨਾ ਲੜ ਗਏ ਤੇ। ਸੋ ਗਾਇਜ਼, ਠੀਕ ਹੈ, ਵੈਸੇ ਆਪਾਂ ਵੀਡੀਓ ਦੀ ਗੱਲ ਕਰਦੇ ਹਾਂ। ਵੀਡੀਓ ਆਵਾਜ਼ ਬਹੁਤ ਵਧੀਆ ਸੀ ਬਾਈ ਦੀ, ਆਵਾਜ਼ ਪੂਰੀ ਕੈਂਟ ਔਰ ਸਮਾਈਲ ਫੇਸ ਤੇ, ਸਮਾਈਲ ਗਾਉਣ ਦਾ ਢੰਗ, ਪ੍ਰੈਜ਼ੈਂਟ ਕਰਨ ਦਾ ਢੰਗ, ਜਿੱਦਾਂ ਆਪਣੇ ਯਾਰਾਂ ਦੋਸਤਾਂ ਵਿੱਚ ਬਹਿ ਕੇ ਗਾਉਣ ਦਾ ਢੰਗ, ਪੂਰਾ ਫੁੱਲ ਔਨ ਸਿਰਾ ਸੀ। ਮਤਲਬ ਜਿਹੜੇ ਹੈਗੇ ਇੰਸਟਰੂਮੈਂਟ ਵਗੈਰਾ ਇਹਨਾਂ ਨੇ ਜ਼ਿਆਦਾ ਯੂਜ਼ ਨਹੀਂ ਕੀਤੇ, ਉਹ ਉਹਦੇ ਤੇ ਵੀ ਜਾ ਰਹੇ ਆਪਣਾ ਕੀ ਕਹਿੰਦੇ ਉਹਨੂੰ, ਯੂਜ਼ ਨਹੀਂ। ਹਾਂ, ਜਿੱਦਾਂ ਪਤੀਲਾ ਮੁੱਦਾ ਮਾਰ ਕੇ ਲੱਗੇ ਪਏ ਉਸੇ ਤੇ ਹੀ, ਵਧੀਆ ਦੇਸੀ ਕੰਮ ਮਜ਼ਾ ਆ ਗਿਆ ਸਾਨੂੰ ਕਿ ਬਸ ਇੱਕ ਅੱਧੀ ਲਾਈਨ ਛੱਡ ਕੇ ਉਹ ਚਲੋ ਕੋਈ ਗੱਲ ਛੋੜ, ਹਿੰਦੀ ਵਿੱਚ ਆਏ ਤੇ ਕੋਈ ਗੱਲ ਨਹੀਂ, ਉਹ ਵੀ ਯਾਰ ਹੁਣ ਚਲੋ ਗਾਣੇ ਬਣੇ ਆ, ਪੁਰਾਣੇ ਗਾਣੇ ਬਣੇ ਆ, ਤਾਂ ਇਸ ਲਈ ਉਹਨਾਂ ਨੇ ਮਤਲਬ ਇਦਾਂ ਲਾਈਨ ਰੱਖੀ ਕਿ ਪਤਾ ਵੀ ਡਰਿੰਕ ਨਾ ਕਰਦੇ ਹੋ ਨਾ। ਯੈਸ, ਵੈਸੇ ਗਾਈਜ਼ ਮੇਰੇ ਖਿਆਲ ਜੋ ਮੁਸਲਿਮਸ ਆ ਬਹੁਤ ਘੱਟ ਡਰਿੰਕ ਕਰਦੇ ਆ, ਬਹੁਤ ਘੱਟ, ਜਿੱਦਾਂ ਆਪਣੇ, ਠੀਕ ਹੈ, ਤੁਸੀਂ ਸਾਨੂੰ ਪਲੀਜ਼ ਨੀਚੇ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਇਹ ਚੀਜ਼ਾਂ ਕਿੰਨੀਆਂ ਕੁ ਚੱਲਦੀਆਂ, ਕਿਸ ਹੱਦ ਤੱਕ, ਜਿੱਦਾਂ ਹੁੰਦਾ ਨਾ ਕਿੰਨੇ ਪਰਸੈਂਟੇਜ ਤੁਸੀਂ ਇਹਨੂੰ ਕੰਮ ਕਰ ਸਕਦੇ ਹੋ? ਗੱਲ ਨਾ ਕਰਨ, ਰਮਜ਼ਾਨ ਚੱਲ ਰਹੇ ਨੇ, ਯੈਸ, ਇੱਦਾਂ ਦੀ ਗੱਲਾਂ ਆਪਾਂ ਨਹੀਂ ਕਰਨੀਆਂ ਚਾਹੀਦੀਆਂ ਵੈਸੇ ਗਾਈਜ਼। ਓਕੇ, ਸੋ ਡੇਵਿਡ, ਆਪਾਂ ਵੈਸੇ ਚੰਗੀ ਗੱਲਾਂ ਹੀ ਕਰ ਰਹੇ ਹਾਂ ਵੀ ਆਪਾਂ ਨਹੀਂ ਪੀਣੀ ਚਾਹੀਦੀ। ਹਾਂ, ਅੱਜ ਤੁਹਾਨੂੰ ਉਹ ਮਤਲਬ ਵਧਾਵਾ ਨਹੀਂ ਦੇ ਰਹੇ ਕਿ ਤੁਸੀਂ ਇਹ ਚੀਜ਼ ਕਰੋ, ਆਪਾਂ ਉਹਦੇ ਡਿਸਕਸ਼ਨ ਹੀ ਕਰ ਰਹੇ ਨੋਰਮਲ। ਸੋ ਮੇਰੇ ਖਿਆਲ ਦੇ ਵਿੱਚ ਤਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਤੁਹਾਡੀ ਕੀ ਰਾਏ ਸਾਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸੋ। ਅਤੇ ਅੱਜ ਦੀ ਵੀਡੀਓ ਮੈਨੂੰ ਬਹੁਤ ਵਧੀਆ ਲੱਗੀ, ਜਿਹੜਾ ਇਹ ਇੱਕ ਲੋਕ ਰੰਗ ਜਾਂ ਮੈਨੂੰ ਪਤਾ ਨਹੀਂ ਕਿਉਂ ਯਾਰ, ਇਹ ਚੀਜ਼ ਨਾ ਜਿਵੇਂ ਮਿੱਟੀ ਨਾਲ ਜੁੜਦੇ ਹੁੰਦੇ ਨਾ ਬੰਦੇ, ਉਹ ਲੱਗਦੇ ਵੀ ਮਿੱਟੀ ਨਾਲ ਜੁੜੇ ਹੋਏ ਹਾਂ ਅਸੀਂ। ਅਤੇ ਇੱਦਾਂ ਦਾ ਜੋ ਪੁਰਾਣੇ ਗਾਣੇ ਆ ਉਹ ਵੀ ਕਈ ਲੋਕ ਜ਼ਿੰਦਾ ਰੱਖ ਰਹੇ ਉਹਨਾਂ ਚੀਜ਼ਾਂ ਨੂੰ। ਇਹ ਵਾਲੇ ਜਿਹੜੇ ਅੰਕਲ ਜੀ ਹੈ ਇਹਨਾਂ ਨੂੰ ਮਤਲਬ ਸੌਂਗ ਹੋਰ ਗਾਣ ਕੇ ਮਤਲਬ ਹੋਣਗੇ, ਆਪਾਂ ਦੇਖਾਂਗੇ ਜੇ ਤੁਹਾਡੇ ਕੋਈ ਨਿਗਾਹ ਚ ਹੈਗੀ ਸਾਨੂੰ ਚੈੱਕ ਕਮੈਂਟ ਕਰਕੇ ਦੱਸੋ, ਸੁਣਾਂਗੇ।
ਯੈਸ ਜਿੱਦਾਂ ਅੱਜ ਕੱਲ੍ਹ ਦੇ ਗਾਣਿਆਂ 'ਚ ਨਾ ਯਾਰ ਵੈਸਟਰਨ ਟੱਚ ਆ ਗਈ ਆ, ਜਿਹੜੀ ਇੰਸਟਰੂਮੈਂਟਸ ਆ ਵੈਸਟਰਨ ਆ ਗਏ ਸਾਰੇ, ਯਾਨੀ ਦੇਸੀ ਕੰਮ ਬਹੁਤ ਘੱਟ ਗਿਆ। ਹਾਂਜੀ ਅੱਜ ਕੱਲ੍ਹ ਇਹ ਗਾਣੇ ਸੌਂਗ ਵਗੈਰਾ ਸੋਹਣੇ ਲੱਗਦੇ ਆ ਯੈਸ, ਜੇ ਮਤਲਬ ਪਹਿਲਾਂ ਸਾਫ਼ ਸੁਥਰੇ ਹੋਣ ਬਸ। ਵੈਸੇ ਦੇਸੀ ਕੰਮ ਰਹਿਣਾ ਚਾਹੀਦਾ, ਜਿੱਦਾਂ ਅਸੀਂ ਹੁਣ ਦੇਸੀ ਹਾਂ, ਪੰਜਾਬੀ ਵਿੱਚ ਗੱਲ ਕਰ ਰਹੇ ਹਾਂ, ਪੰਜਾਬੀ ਰੀਟੀ ਵੀ ਆਪਣੇ ਚੈਨਲ ਦਾ ਨਾਮ ਹੈ, ਕਈ ਲੋਕ ਕਹਿੰਦੇ ਕਿ ਤੁਸੀਂ ਹਿੰਦੀ ਵਿੱਚ ਬੋਲੋ ਹੈ ਨਾ ਅਤੇ ਜਾਂ ਇੰਗਲਿਸ਼ 'ਚ ਗੱਲ ਕਰੋ, ਬਟ ਭਾਅ ਜੀ ਕਿਉਂ, ਜੇਕਰ ਅਸੀਂ ਵੀ ਇੱਦਾਂ ਕਰਨ ਲੱਗ ਗਏ ਤਾਂ ਪੰਜਾਬੀ ਨੂੰ ਕੌਣ ਪਹਿਚਾਣੂਗਾ ਹੈ ਨਾ। ਜੇਕਰ ਅਸੀਂ ਵਰਲਡ ਵਾਈਡ ਕਰ ਰਹੇ ਹਾਂ, ਜਿਹਨਾਂ ਨੂੰ ਨਹੀਂ ਸਮਝ ਲੱਗਦੀ ਉਹ ਸਾਡੇ ਐਕਸਪ੍ਰੈਸ਼ਨ ਦੇਖ ਸਕਦੇ ਆ, ਜਾਂ ਅਸੀਂ ਹੋਪ ਸੋ ਅਸੀਂ ਹੌਲੀ ਹੌਲੀ ਟਰਾਈ ਕਰਾਂਗੇ, ਅਸੀਂ ਨੀਚੇ ਸਬ ਟਾਈਟਲ ਦੇਣੇ ਸ਼ੁਰੂ ਕਰ ਦਈਏ, ਅਤੇ ਬਟ ਗੱਲ ਤਾਂ ਆਪਾਂ ਪੰਜਾਬੀ 'ਚ ਹੀ ਕਰਨੀ ਹੈ। ਠੀਕ ਹੈ ਜੀ, ਸੋ ਮੇਰੇ ਖਿਆਲ ਅੱਜ ਦੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੀ, ਕੋਈ ਗੱਲ ਨਹੀਂ, ਨੋ ਮੈਟਰਸ, ਅਤੇ ਸਾਨੂੰ ਤਾਂ ਬਹੁਤ ਵਧੀਆ ਲੱਗੀ, ਤੁਹਾਨੂੰ ਕਿੱਦਾਂ ਲੱਗੀ ਸਾਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਠੀਕ ਹੈ ਜੀ, ਅਸੀਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ 'ਤੇ, ਤਦ ਤੱਕ ਤੁਸੀਂ ਆਪਣਾ ਸਨੈਪਚੈਟ 'ਤੇ ਫੋਲੋ ਕਰ ਲਓ, ਕਿਉਂਕਿ ਸਨੈਪਚੈਟ ਵਾਲੀਆਂ ਜਿਹੜੀਆਂ ਰਿਕੁਐਸਟਾਂ ਬਹੁਤ ਜਲਦੀ ਪੂਰੀਆਂ ਹੁੰਦੀਆਂ, ਆਈ ਐਮ ਸਨਮੀਤ ਸਿੰਘ ਦੇ ਨਾਮ 'ਤੇ ਆ। ਠੀਕ ਹੈ ਜੀ, ਸੋ ਅਸੀਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ 'ਤੇ, ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਅਤੇ ਚੱਕੀ ਰੱਖੋ ਇੱਦਾਂ ਹੀ ਕੰਮ। We have a club announcement. Fuck the bouncers.